कोरोना वायरस ਦੀ ਚਲਦੀ ਮਹਾਮਾਰੀ ਦੌਰਾਨ ਤੁਸੀਂ ਇੱਕ ਦੂਜੇ ਦੇ ਕੰਮ ਕਿਵੇਂ ਆ ਸਕਦੇ ਹੋ ਪੁਖਤਾ ਜਾਣਕਾਰੀ ਸਹੀ ਜਾਣਕਾਰੀ ਸਾਂਝੀ ਕਿਵੇਂ ਕਰ ਸਕਦੇ ਹੋ ਮੈਂ ਹਾਰਿਸ਼ ਬੀਬੀਸੀ ਪੰਜਾਬੀ ਤੋਂ ਤੇ ਸਾਡੀ ਬੀਬੀਸੀ ਤੇ ਲਗਾਤਾਰ ਇਹ ਕੋਸ਼ਿਸ਼ ਹੈ ਕਿ WHO ਜਾਂ ਹੋਰ ਕਿਸੇ ਵਿਸ਼ਵਾਸਯੋਗ ਥਾਤੋਂ ਮਿਲੀ ਜਾਣਕਾਰੀ ਨੂੰ ਤੁਹਾਡੇ ਤੱਕ ਪਹੁੰਚਾਈਏ ਤਾਂ ਜੋ ਤੁਸੀਂ ਮਾੜੀ ਜਾਣਕਾਰੀ ਤੋਂ ਬਚ ਸਕੋ ਨੁਕਸਾਨ ਤੋਂ ਬਚ ਸਕੋ ਗਲਤ ਜਾਣਕਾਰੀ ਬਹੁਤ ਤੇਜ਼ੀ ਨਾਲ ਫੈਲਦੀ ਹੈ ਤੁਸੀਂ ਦੇਖਿਆ ਹੀ ਹੋਣਾ WhatsApp ਗਰੁੱਪ ਹੈ ਵੀ ਬੰਦਿਆਂ ਦਾ ਉਸ ਤੋਂ ਬਾਅਦ ਹਰ ਬੰਦਾ ਪਤਾ ਨਹੀਂ ਕਿੰਨੇ ਗਰੁੱਪਸ ਵਿੱਚ ਹੈ ਉਹ ਗਾਹ ਗਾਹ ਪਤਾ ਨਹੀਂ ਕਿੰਨੇ ਗਰੁੱਪਸ ਵਿੱਚ ਭੇਜਦਾ ਹੈ ਤੇ ਲੱਖਾਂ ਲੋਕਾਂ ਤੱਕ ਕਿੰਨੀ ਤੇਜ਼ੀ ਨਾਲ ਪਹੁੰਚ ਜਾਂਦੀ ਹੈ ਅੱਗ ਤਰ੍ਹਾਂ ਫੈਲਦੀ ਹੈ ਗਲਤ ਜਾਣਕਾਰੀ ਅਜਿਹੀ ਜਾਣਕਾਰੀ ਕਈ ਲਬਾਦਿਆਂ ਵਿੱਚ ਹੁੰਦੀ ਹੈ ਇੱਕ ਤਾਂ ਕਾਪੀ ਪੇਸਟ ਮੈਸੇਜ ਤੁਹਾਨੂੰ ਲੱਗਦਾ ਹੈ ਕਿ ਫੇਸਬੁੱਕ ਉੱਤੇ ਬਹੁਤ ਸੋਹਣਾ ਕੋਈ ਗ੍ਰਾਫਿਕ ਬਣਿਆ ਹੋਇਆ ਹੈ ਦੇਖਣ 'ਚ ਠੀਕ ਲੱਗ ਰਿਹਾ ਹੈ ਤੁਸੀਂ ਸ਼ੇਅਰ ਕਰ ਦਿੰਦੇ ਹੋ ਜਾਂ ਫਿਰ ਅਜਿਹੀ ਜਾਣਕਾਰੀ ਤੁਸੀਂ ਅਗਾਹ ਵਧਾਉਂਦੇ ਹੋ ਕਿਉਂਕਿ ਤੁਹਾਨੂੰ ਲੱਗਦਾ ਹੈ ਕਿ ਇਹ ਤਾਂ ਕਿਸੇ ਮਿੱਤਰ ਦੇ ਮਿੱਤਰ ਨੇ ਭੇਜੀ ਹੈ ਜਾਂ ਕਿਸੇ ਰਿਸ਼ਤੇਦਾਰ ਨੇ ਭੇਜੀ ਹੈ ਜਿਹੜਾ ਕਿ ਵਿਸ਼ਵਾਸਯੋਗ ਹੈ ਪਰ ਇਹ ਸਭ ਦੇ ਵਿੱਚ ਇਹ ਪਤਾ ਨਹੀਂ ਲੱਗਦਾ ਕਿ ਇਹ ਮੈਸੇਜ ਸ਼ੁਰੂ ਕਿੱਥੋਂ ਹੋਇਆ ਸੀ ਮੈਸੇਜ ਦਾ origin ਕੀ ਸੀ ਭੇਜਣ ਵਾਲਾ ਕਹਿੰਦਾ ਹੈ ਕਿ ਇਹ ਤਾਂ ਜੀ ਮੇਰੇ ਮਿੱਤਰ ਦੇ ਮਿੱਤਰ ਨੇ ਭੇਜਿਆ ਹੈ ਉਹ ਡਾਕਟਰ ਹੈ ਫੌਜੀ ਇੱਕ ਐਗਜ਼ਾਮਪਲ ਲੈਨੇ ਆ ਅੱਜਕੱਲ WhatsApp ਉੱਤੇ ਇੱਕ ਆਡੀਓ ਮੈਸੇਜ ਬਹੁਤ ਚੱਲ ਰਿਹਾ ਹੈ ਜਿਸ ਵਿੱਚ ਇੱਕ ਆਦਮੀ ਇਹ ਕਹਿ ਰਿਹਾ ਹੈ ਕਿ ਮੇਰੇ ਕੋਲੀਗ ਦਾ ਮਤਲਬ ਸਹਿਕਰਮੀ ਦਾ ਇੱਕ ਮਿੱਤਰ ਸਪੇਨ ਦੇ ਇੱਕ ਹਸਪਤਾਲ ਵਿੱਚ ਕੰਮ ਕਰਦਾ ਹੈ ਜੀ ਉਹਨੇ ਮੈਨੂੰ ਇਹ ਜਾਣਕਾਰੀ ਭੇਜੀ ਹੈ ਇਹਦੇ ਵਿੱਚ ਕੁਝ ਜਾਣਕਾਰੀ ਠੀਕ ਵੀ ਹੈ ਉਹ ਇਹ ਕਹਿੰਦਾ ਹੈ ਕਿ ਜਿਹੜੀਆਂ ਚੀਜ਼ਾਂ ਨੂੰ ਹੱਥ ਲੱਗਦਾ ਹੈ ਉਹਨਾਂ ਨੂੰ ਸਾਫ਼ ਰੱਖੋ ਪਰ ਐਸੇ ਮੈਸੇਜ ਦੇ ਵਿੱਚ ਕੁਝ ਜਾਣਕਾਰੀ ਬਿਲਕੁਲ ਫਾਲਤੂ ਵੀ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਧੁੱਪ ਵਿੱਚ ਇਹ ਵਾਇਰਸ ਮਰ ਜਾਂਦਾ ਹੈ ਜਾਂ ਫਿਰ ਹਰ 20 ਮਿੰਟ ਬਾਅਦ ਗਰਮ ਪਾਣੀ ਪੀਓ ਤੇ ਤੁਹਾਡੇ ਅੰਦਰ ਜੇ ਵਾਇਰਸ ਹੋਏਗਾ ਤੇ ਮਰ ਜਾਏਗਾ ਐਸੀਆਂ ਪੋਸਟ ਦੇ ਵਿੱਚ ਝੂਠ ਨੂੰ ਸੱਚ ਦੇ ਲਬਾਦੇ ਵਿੱਚ ਲਪੇਟ ਕੇ ਪੇਸ਼ ਕੀਤਾ ਜਾਂਦਾ ਹੈ ਤਾਂ ਹੀ ਕਰਕੇ ਬਹੁਤ ਤੇਜ਼ੀ ਨਾਲ ਫੈਲਦੇ ਨੇ ਇਸ ਤੀਰ ਧੁਰ ਤੱਕ ਪਹੁੰਚੋ ਪਤਾ ਕਰੋ ਕਿ WHO ਵਰਲਡ ਹੈਲਥ ਆਰਗੇਨਾਈਜੇਸ਼ਨ ਜਾਂ ਅਜਹੀ ਕਿਸੇ ਚੰਗੀ ਆਰਗੇਨਾਈਜੇਸ਼ਨ ਨੇ ਇਸ ਨੂੰ ਸ਼ੇਅਰ ਕੀਤਾ ਹੈ ਕਿਸੇ ਚੰਗੀ ਨਿਊਜ਼ ਆਰਗੇਨਾਈਜੇਸ਼ਨ ਨੇ ਇਸ ਨੂੰ ਰਿਪੋਰਟ ਵੀ ਕੀਤਾ ਹੈ ਉਦੋਂ ਤੱਕ ਇਹਦੇ ਉੱਤੇ ਸ਼ੱਕ ਕਰੋ ਕਈ ਵਾਰ ਇਹ ਜਿਹਹਾ ਹੁੰਦਾ ਹੈ ਕਿ ਕੋਈ ਫੋਟੋ ਹੈ ਸਮਝੋ ਉਸ ਦਾ ਪਰਪੇਖ ਬਦਲ ਦਿੱਤਾ ਜਾਂਦਾ ਹੈ ਫੋਟੋ ਸਹੀ ਹੈ ਪਰ ਪਰਪੇਖ ਗਲਤ ਹੈ ਕੰਟੈਕਸਟ ਗਲਤ ਹੈ ਜਿਵੇਂ ਕਿ ਇਟਲੀ ਵਿੱਚ ਟੈਂਕਾਂ ਦੀ ਫੋਟੋ ਬਹੁਤ ਵਾਇਰਲ ਹੋ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਕਿਉਂਕਿ ਕਰੋਨਾ ਕਰਕੇ ਉੱਥੇ ਦੰਗੇ ਹੋ ਰਹੇ ਨੇ ਇਹਨਾਂ ਨੂੰ ਰੋਕਣ ਲਈ ਟੈਂਕ ਉਤਾਰ ਦਿੱਤੇ ਗਏ ਨੇ ਫੋਟੋ ਆਪਣੀ ਜਗ੍ਹਾ ਠੀਕ ਹੈ ਪਰ ਇਹਦਾ ਕਰੋਨਾ ਜਾਂ ਅਜਿਹੇ ਦੰਗਿਆਂ ਨਾਲ ਕੋਈ ਲੈਣਾ ਦੇਣਾ ਨਹੀਂ ਅਸਲ ਵਿੱਚ ਟੈਂਕ ਰੂਟੀਨ ਐਕਸਰਸਾਈਜ਼ ਤੋਂ ਬਾਅਦ ਚਲਾ ਕੇ ਲਿਜਾਏ ਜਾ ਰਹੇ ਸਨ ਕਈ ਵਾਰੀ ਕੋਈ ਮੈਸੇਜ ਇੰਨਾ ਫਨੀ ਲੱਗਦਾ ਹੈ ਕਿ ਸਾਨੂੰ ਲੱਗਦਾ ਹੈ ਕਿ ਸਾਰੇ ਲੋਕ ਇਹਨੂੰ ਮਜ਼ਾਕ ਹੀ ਸਮਝਣਗੇ ਤੇ ਅਸੀਂ ਫਾਰਵਰਡ ਕਰ ਦਿੰਨੇ ਆ ਪਰ ਬਹੁਤ ਲੋਕ ਉਸਨੂੰ ਸੀਰੀਅਸਲੀ ਵੀ ਲੈ ਲੈਂਦੇ ਨੇ ਜਿਵੇਂ ਕਿ ਇੱਕ ਮੈਸੇਜ ਚੱਲ ਰਿਹਾ ਸੀ ਕਿ ਰੂਲਸ ਦੇ ਵਿੱਚ ਸ਼ੇਰ ਛੱਡ ਦਿੱਤੇ ਗਏ ਨੇ ਬੱਬਰ ਸ਼ੇਰ ਸੜਕਾਂ ਦੇ ਉੱਤੇ ਤਾਂ ਜੋ ਲੋਕ ਲੋਕਡਾਊਨ ਦੀ ਪਾਲਣਾ ਕਰਨ ਘਰਾਂ ਦੇ ਅੰਦਰ ਰਹਿਣ ਇਹ ਬਿਲਕੁਲ ਫੇਕ ਮੈਸੇਜ ਸੀ ਦਿਲ ਸਾਰਿਆਂ ਦਾ ਕਰਦਾ ਹੈ ਵੀ ਇਨਫਰਮੇਸ਼ਨ ਨੂੰ ਅਗਾਹ ਵਧਾਈਏ ਉਹ ਵੀ ਸਹੀ ਇਨਫਰਮੇਸ਼ਨ ਨੂੰ ਤਿੰਨ ਚੀਜ਼ਾਂ ਦਾ ਖਿਆਲ ਰੱਖੋ ਕਿ ਇਹ ਕੋਈ ਜਾਣਕਾਰੀ ਪੁਖਤਾ ਹੈ ਜਾਂ ਐਵੇਂ ਕੋਈ ਮੈਸੇਜ ਆਇਆ ਹੈ ਦੂਜਾ ਇਹ ਕਿਸੇ ਭਰੋਸੇਯੋਗ ਸੂਤਰ ਤੋਂ ਆਇਆ ਕਿਤੇ ਛਪਿਆ ਤੀਜਾ ਕਿਤੇ ਤਸਵੀਰ ਠੀਕ ਹੋਵੇ ਤੇ ਇਹਦਾ ਪਰਪੇਖ ਬਦਲ ਕੇ ਮਤਲਬ ਇਹਦਾ ਕੰਟੈਕਸਟ ਬਦਲ ਕੇ ਮਤਲਬ ਬਦਲ ਕੇ ਤੁਹਾਡੇ ਤੱਕ ਤਾਂ ਨਹੀਂ ਪਹੁੰਚਾਇਆ ਜਾ ਰਿਹਾ ਜੇ ਨਿੱਕਾ ਜਿਹਾ ਵੀ ਸ਼ੱਕ ਪੈਣਾ ਤੇ ਬਿਹਤਰ ਹੈ ਕਿ ਮੈਸੇਜ ਨੂੰ ਅਗਾਹ ਨਾ ਆਵਦਾਓ ਕੋਸ਼ਿਸ਼ ਕਰੋ ਇੰਟਰਨੈਟ ਦੀ ਵਰਤੋਂ ਕਰੋ WHO ਦੀ ਵੈੱਬਸਾਈਟ ਤੇ ਜਾਓ ਆਪਣੀ ਸਥਾਨਕ ਸਰਕਾਰ ਨੇ ਵੀ ਕੋਈ ਪੁਖਤਾ ਜਾਣਕਾਰੀ ਤੁਹਾਡੇ ਨਾਲ ਆਫੀਸ਼ੀਅਲ ਵੈੱਬਸਾਈਟ ਤੇ ਸ਼ੇਅਰ ਕੀਤੀ ਹੋਏਗੀ ਉਹਦੇ ਤੇ ਜਾਓ ਨਹੀਂ ਤੇ BBC ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਮੌਜੂਦ ਹੈ ਜਿਨ੍ਹਾਂ ਵਿੱਚੋਂ ਪੰਜਾਬੀ ਇੱਕ ਹੈ ਸਾਡੇ ਨਾਲ ਜੁੜੇ ਰਹੋ ਅਸੀਂ ਪੁਖਤਾ ਜਾਣਕਾਰੀ ਲੈ ਕੇ ਆਂਦੇ ਰਵਾਂਗੇ ਧੰਨਵਾਦ